हेलो जी, सलाम आदाब, नमस्ते, सत श्री अकाल ते जय सिंह जी दी। मेरे वालों जी ते मैं तुहाडा अपना देव हीर ते तुसी देख रहे हो जी मेरा यूट्यूब चैनल देव हीर ब्लॉग्स। ते जे तुसी इस चैनल ते पहली बारी आए हो तो चैनल नू सबसक्राइब जरूर कर लियो जी ते बैल आइकन नू ऑन करना ना भुल्यो ताकि तुहानू आने वाली हर एक नवी वीडियो की अपडेट अपने आप मिलती रहे। तो आओ शुरू करते हैं जी अज का किस्सा। अज का किस्सा जी मेरे शेयर किया अभिषेक नामदेव नाम आ जी उन्हों का यमुना नगर तो ने हरियाणा तो। वो कहते हैं कि बाई जी एक गल हैगी 2021 की। 2021 दे विच कहिंदे वीरवार की एक रात सी। उस रात नूं कहिंदे मेरे पेट दे विच बहुत ज़्यादा दर्द हो रही सी जिहड़ी कि सहन योग नहीं सी। चलो जी औखे सौखे हो के असी रात कट्टी। अगले दिन सवेरे डॉक्टर नूं चैक कराया, डॉक्टर ने स्कैन लिखती, असी अल्ट्रासाउंड करवाई। अल्ट्रासाउंड दे विच जदों रिपोर्ट्स डॉक्टर नूं चैक करवाइयां तां उहदे विच आया वी मेरी किडनी दे विच 3 स्टोन सीगे, एक 10 mm दा ते 2 जिहड़े स्टोन सीगे उह सीगे 3 mm दे। चलो जी डॉक्टर कहिंदा जिहड़े 3 mm दे स्टोन ने उह तां निकल जाणगे पर जिहड़ा 10 mm दा स्टोन आ ਉਹਦਾ ਕੋਈ ਹੱਲ ਨਹੀਂ ਬਿਨਾਂ ਆਪਰੇਸ਼ਨ ਤੋਂ। ਕਿਉਂਕਿ ਜਿਵੇਂ ਆਪਾਂ ਕਹਿ ਲਈਏ ਜੇ ਸਟੋਨ ਕਿਸੇ ਮੈਡੀਸਨ ਦੇ ਨਾਲ ਬਾਹਰ ਆਉਂਦਾ ਆ ਤਾਂ ਉਹ ਬਾਹਰ ਆਉਣ ਦੀ ਜਗ੍ਹਾ ਜਿਹੜੀ ਹੁੰਦੀ ਆ ਉਹ 8 mm ਦੀ ਹੁੰਦੀ ਆ। ਤਾਂ ਤੁਹਾਡਾ ਜਿਹੜਾ ਸਟੋਨ 10 mm ਦਾ ਆ ਉਹਦਾ ਹੱਲ ਜਿਹੜਾ ਆ ਉਹ ਸਿਰਫ ਓਪਰੇਟ ਆ। ਚਲੋ ਜੀ ਡਾਕਟਰ ਨੇ ਇੰਨੀ ਗੱਲ ਕਹੀ, ਮੈਂ ਆਪਣੇ ਬ੍ਰਦਰ ਨੂੰ ਦੱਸਿਆ ਤਾਂ ਉਹ ਵੀ ਘਬਰਾ ਗਿਆ। ਘਰ ਪਤਾ ਲੱਗਿਆ ਤਾਂ ਉਹ ਵੀ ਘਬਰਾ ਗਏ ਵੀ ਕੀ ਕਰੀਏ, ਹੈ ਨਾ, ਕੀ ਹਿਸਾਬ ਕਿਤਾਬ ਆ। ਚਲੋ ਪਰ ਕਹਿੰਦੇ ਮੈਨੂੰ ਯਕੀਨ ਸੀ ਆਪਣੇ ਮੁਰਸ਼ਦ ਅਤੇ ਸਾਈਂ ਲਾਡੀ ਸ਼ਾਹ ਸਰਕਾਰ 'ਤੇ। ਅਤੇ ਮੈਂ ਆਪਣੇ ਬ੍ਰਦਰ ਨੂੰ ਵੀ ਕਿਹਾ ਵੀ ਕੋਈ ਗੱਲ ਨਹੀਂ, ਸਾਈਂ ਜੀ ਹੈਗੇ ਨੇ, ਉਹਨਾਂ ਨੇ ਸਭ ਸਹੀ ਕਰ ਦੇਣਾ। ਦਿਨ ਲੰਘਦੇ ਗਏ ਜੀ, ਲੰਘਦੇ ਗਏ। 2 ਅਕਤੂਬਰ 2021 ਨੂੰ ਕਹਿੰਦੇ ਮੈਂ ਅਤੇ ਮੇਰਾ ਬ੍ਰਦਰ ਅਸੀਂ ਨਕੋਦਰ ਦਰਬਾਰ ਮੱਥਾ ਟੇਕਣ ਵਾਸਤੇ ਗਏ, ਸਲਾਮ ਕਰਨ ਵਾਸਤੇ ਗਏ ਕਿ ਉੱਥੇ ਜਾ ਕੇ ਸਾਈਂ ਜੀ ਨੂੰ ਅਰਦਾਸ ਕਰਦੇ ਹਾਂ ਕਿ ਸਾਈਂ ਜੀ ਸਭ ਕੁਛ ਸਹੀ ਕਰਿਓ। 2 ਅਕਤੂਬਰ 2021 ਨੂੰ ਕਹਿੰਦੇ ਜਦੋਂ ਅਸੀਂ ਨਕੋਦਰ ਦਰਬਾਰ ਪਹੁੰਚੇ ਹਾਂ ਤਾਂ ਨਕੋਦਰ ਦੀ ਧਰਤੀ 'ਤੇ ਪਹੁੰਚ ਕੇ ਕਹਿੰਦੇ ਮੈਂ ਦਿਲ ਦੇ ਵਿੱਚ ਇਹੀ ਅਰਦਾਸ ਕੀਤੀ ਸੀ ਕਿ ਯਾਰ ਨਕੋਦਰ ਦੀ ਧਰਤੀ ਆ, ਇਸ ਨਕੋਦਰ ਦੀ ਧਰਤੀ 'ਤੇ ਸਾਈਂ ਜੀ ਕਦੇ ਕੁਛ ਮਾੜਾ ਨਹੀਂ ਹੋਣ ਦੇਣਗੇ ਆਪਣੇ ਨਾਲ ਜਾਂ ਆਪਣੇ ਮੁਰੀਦਾਂ ਦੇ ਨਾਲ ਜਿਹੜੇ ਉਹਨਾਂ ਨੂੰ ਮੰਨਦੇ ਨੇ। ਅਸੀਂ ਜੀ ਨਕੋਦਰ ਪਹੁੰਚ ਕੇ ਗੈਸਟ ਰੂਮ ਲਿਆ, ਉੱਥੇ ਰੂਮ ਦੇ ਵਿੱਚ ਅਸੀਂ ਰੁਕੇ। ਰੂਮ ਦੇ ਵਿੱਚ ਪਹੁੰਚ ਕੇ ਵੀ ਕਹਿੰਦੇ ਮੇਰਾ ਦਰਦ ਸ਼ੁਰੂ ਹੋ ਗਿਆ। ਦਰਦ ਸ਼ੁਰੂ ਹੋਇਆ ਤਾਂ ਜੀ ਚਲੋ ਉਸੇ ਦਰਦ ਦੇ ਵਿੱਚ ਅਸੀਂ ਸ਼ਾਮ ਨੂੰ 6 ਵਜੇ ਮਤਲਬ ਦਰਬਾਰ ਗਏ ਹਾਂ। ਸ਼ਾਮ ਨੂੰ ਅਸੀਂ 6 ਵਜੇ ਦਰਬਾਰ ਗਏ ਹਾਂ ਸਲਾਮ ਕਰਨ ਵਾਸਤੇ। ਸਲਾਮ ਕਰਨ ਜਦੋਂ ਗਏ ਹਾਂ ਉਦੋਂ ਵੀ ਮੇਰਾ ਦਰਦ ਸੀ। ਸਲਾਮ ਕਰਕੇ ਅਸੀਂ ਵਾਪਸ ਆ ਗਏ ਰੂਮ ਦੇ ਵਿੱਚ। ਉਸੇ ਦਰਦ ਦੇ ਵਿੱਚ ਕਹਿੰਦੇ ਮੈਂ ਕੁਛ ਖਾਧਾ ਪੀਤਾ ਨਹੀਂ, ਮੈਂ ਉਦੋਂ ਹੀ ਬਿਨਾਂ ਕੁਛ ਖਾਧੇ ਪੀਤੇ ਸੌ ਗਿਆ। ਜਦੋਂ ਮੈਂ ਸੌ ਗਿਆ ਤਾਂ 2 ਅਕਤੂਬਰ ਦਾ ਇਹ ਦਿਨ ਸੀ ਤਾਂ 3 ਅਕਤੂਬਰ ਨੂੰ ਤੜਕੇ 4 ਵਜੇ ਕਹਿੰਦੇ ਮੇਰੀ ਅੱਖ ਖੁੱਲ੍ਹਦੀ ਆ ਅਤੇ ਮੈਂ ਵਾਸ਼ਰੂਮ ਜਾਂਦਾ। ਤਾਂ ਵਾਸ਼ਰੂਮ ਜਾ ਕੇ ਜਦੋਂ ਮੈਂ ਦੇਖਦਾ ਹਾਂ ਕਹਿੰਦੇ ਤੁਸੀਂ ਵੀ ਯਕੀਨ ਨਹੀਂ ਕਰਨਾ, ਮੇਰੀਆਂ ਅੱਖਾਂ ਦੇ ਸਾਹਮਣੇ ਬਾਥਰੂਮ ਦੇ ਰਾਹੀਂ ਜਿਹੜਾ ਉਹ 10 mm ਦਾ ਸਟੋਨ ਸੀ ਉਹ ਬਾਹਰ ਨਿਕਲਦਾ। ਤਾਂ ਮੈਂ ਬੜਾ ਹੈਰਾਨ ਹੁੰਦਾ ਅਤੇ ਮੈਂ ਆਪਣੇ ਬ੍ਰਦਰ ਨੂੰ ਵੀ ਆਵਾਜ਼ ਮਾਰ ਕੇ ਬੁਲਾਉਂਦਾ ਕਿ ਵੀਰੇ ਦੇਖੋ ਸਟੋਨ ਜਿਹੜਾ 10 mm ਦਾ ਸੀ ਸਟੋਨ ਉਹ ਬਾਹਰ ਆ ਗਿਆ। ਅਸੀਂ ਘਰ ਫੋਨ ਕਰਕੇ ਦੱਸਿਆ ਵੀ ਇੱਦਾਂ ਕਰਕੇ ਜਿਹੜਾ ਸਟੋਨ ਸੀ 10 mm ਦਾ ਉਹ ਬਾਥਰੂਮ ਰਾਹੀਂ ਬਾਹਰ ਆ ਗਿਆ। ਘਰਦੇ ਬੜੇ ਖੁਸ਼ ਹੋਏ ਅਤੇ ਹੈਰਾਨ ਵੀ ਹੋਏ ਅਤੇ ਅਸੀਂ ਵੀ ਬੜੇ ਹੈਰਾਨ ਹੋਏ ਵੀ ਜਿਹੜਾ ਸਟੋਨ ਡਾਕਟਰ ਕਹਿੰਦੇ ਸੀ ਵੀ 8 mm ਦੀ ਜਗ੍ਹਾ ਦੇ ਵਿੱਚੋਂ ਨਹੀਂ ਨਿਕਲ ਸਕਦਾ ਉਹ ਕਿਵੇਂ ਨਿਕਲ ਗਿਆ। ਫਿਰ ਮੈਂ ਸੋਚਿਆ ਜਾਂ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਵੀਰੇ ਮੈਂ ਕਿਹਾ ਸੀ ਨਾ ਵੀ ਸਾਈਂ ਲਾਡੀ ਸ਼ਾਹ ਸਰਕਾਰ ਨੇ ਆਪਣੇ ਮੁਰਸ਼ਦ ਨੇ ਉਹਨਾਂ ਨੇ ਸਾਰਾ ਕੁਛ ਸਹੀ ਕਰ ਦੇਣਾ। ਅਤੇ ਕਹਿੰਦੇ ਮੈਂ ਰਾਤ ਨੂੰ ਸੌਂਦਾ ਹੋਇਆ ਦਰਦ ਦੇ ਵਿੱਚ ਵੀ ਆਪਣੇ ਮਨ ਦੇ ਵਿੱਚ ਸਾਈਂ ਜੀ ਨੂੰ ਇਹੀ ਅਰਦਾਸਾਂ ਕਰੀ ਜਾਂਦਾ ਸੀ ਕਿ ਸਾਈਂ ਜੀ ਬਸ ਤੁਸੀਂ ਹੋ, ਮੈਨੂੰ ਸਹੀ ਕਰ ਦਿਉ, ਜੋ ਵੀ ਡਾਕਟਰ ਨੇ ਕਿਹਾ ਉਹ ਬਿਨਾਂ ਓਪਰੇਟ ਤੋਂ ਸਭ ਕੁਛ ਸਹੀ ਹੋ ਜਾਵੇ। ਅਤੇ ਦੇਖੋ ਵੀਰੇ ਕਹਿੰਦਾ ਸਵੇਰੇ ਉੱਠ ਕੇ ਸਾਈਂ ਜੀ ਨੇ ਰਾਤੋ ਰਾਤ ਦੇ ਵਿੱਚ ਐਸਾ ਚਮਤਕਾਰ ਕੀਤਾ ਕਿ ਜਿਹੜਾ ਸਟੋਨ 10 mm ਦਾ ਬਿਨਾਂ ਓਪਰੇਸ਼ਨ ਤੋਂ ਬਾਹਰ ਨਹੀਂ ਸੀ ਆਉਣਾ ਉਹ ਪਿਆ ਸਾਹਮਣੇ ਦੇਖ ਲਓ। ਫਿਰ ਕਹਿੰਦੇ ਅਸੀਂ ਸਵੇਰੇ 8 ਵਜੇ ਦਰਬਾਰ ਸਲਾਮ ਕਰਕੇ ਸਾਈਂ ਜੀ ਨੂੰ ਸ਼ੁਕਰਾਨਾ ਕਰਕੇ ਫਿਰ ਅਸੀਂ ਵਾਪਸ ਘਰ ਗਏ ਹਾਂ। ਅਤੇ
ਉਹ ਦੇਣਾ ਤੇ ਅੱਜ ਦਾ ਦੇਣਾ ਕਹਿੰਦੇ ਜੀ ਸਾਈਂ ਜੀ ਦੇ ਨਾਲ ਇੰਨਾ ਜ਼ਿਆਦਾ ਇਸ਼ਕ ਹੋ ਗਿਆ, ਇੰਨਾ ਜ਼ਿਆਦਾ ਲਗਾਅ ਹੋ ਗਿਆ ਕਿ ਕੋਈ ਚੀਜ਼ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਸੋਚਦੇ ਬਾਅਦ ਦੇ ਵਿੱਚ ਆ ਉਹ ਪਹਿਲਾਂ ਸਾਈਂ ਜੀ ਮੂਹਰੇ ਹਾਜ਼ਰ ਕਰ ਦਿੰਦੇ ਆ, ਪਰ ਨੀਤ ਸੱਚੀ ਹੋਵੇ ਤਾਂ। ਸੋ ਜੀ ਇਹ ਸੀ ਕਿੱਸਾ ਅਭਿਸ਼ੇਕ ਨਾਮਦੇਵ ਜੀ ਦਾ। ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਆਪਣਾ ਕਿਸੇ ਨੇ ਵੀ ਕੋਈ ਕਿੱਸਾ ਸ਼ੇਅਰ ਕਰਨਾ ਹੋਵੇ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਜੀ। ਜੈ ਸਾਈਂ ਜੀ ਦੀ।